ਅਕਸਰ ਕਹਿੰਦੇ ਨੇ ਕੁੜੀਆਂ ਨੂੰ ਵੀ ਹਨੇਰੇ ਤੋਂ ਡਰ ਲੱਗਦਾ, ਮੈਂ ਵੀ ਉਹਨਾਂ ਵਿੱਚ ਹੀ ਹਾਂ, ਹਨੇਰੇ ਤੋਂ ਬਹੁਤ ਡਰ ਲੱਗਦਾ। ਛੋਟੇ ਬੜੇ ਪਿਆਰੇ ਜਿਹੇ ਹੁੰਦੇ, ਦੇਖਣ ਨੂੰ ਨਾ ਦੂਰੋਂ ਬੜੇ ਪਿਆਰੇ ਲੱਗਦੇ। ਮੇਰੇ ਨਾਲ ਕੀ ਹੈ, ਫੋਨ ਤੇ ਨਾ ਰੀਲਸ ਕੁੱਤਿਆਂ ਦੀ ਆਉਂਦੀ ਹੈ ਮੇਰੇ ਕੋਲ, ਬਹੁਤ ਜ਼ਿਆਦਾ ਆਉਂਦੀ ਹੈ, ਬੜੇ ਪਿਆਰੇ ਲੱਗਦੇ, ਕਿੰਨੇ ਕਿਊਟ ਨੇ। ਫਿਰ ਮੈਂ ਸੋਚਦੀ ਹਾਂ ਵੀ ਚਲੋ ਅੱਜ ਨਾ ਮੈਂ ਇਹਨਾਂ ਨੂੰ ਬਿਸਕਿਟ ਪਾਊਂਗੀ, ਮੈਂ ਸ਼ੁਰੂ ਕਰੂੰਗੀ, ਡਰ ਖਤਮ ਕਰੂੰਗੀ, ਹੱਥ ਲਗਾਉਂਗੀ। ਤੇ ਇਹ ਮੈਨੂੰ 4-5 ਮਹੀਨੇ ਹੋ ਗਏ ਸੋਚੇ, ਬਿਸਕਿਟ ਮੇਰੇ ਬੈਗ 'ਚ ਪਏ, ਮੈਂ ਧੋ ਨਹੀਂ ਸਕਿਆ। ਮੈਂ ਨਾ ਇੱਕ ਸੋਸ਼ਲ ਮੀਡੀਆ 'ਤੇ ਵੀਡੀਓ ਦੇਖੀ ਸੀ, ਉਹ ਆਪਣੇ ਕੁੱਤੇ ਨੂੰ ਇੱਥੇ ਛੱਡ ਕੇ ਉਹ ਵਿਦੇਸ਼ ਚਲਾ ਜਾਂਦਾ ਬੰਦਾ, ਠੀਕ ਹੈ। ਤੇ ਉਹ ਕੁੱਤਾ ਉਹਦੇ ਮਗਰ ਮਗਰ, ਮਤਲਬ ਜਦੋਂ ਉਹ ਏਅਰਪੋਰਟ ਤੇ ਜਾਂਦਾ ਹੈ, ਘਰ ਤੋਂ ਉਹਦੇ ਗੱਡੀ ਦੇ ਮਗਰ ਮਗਰ ਭੱਜਦਾ, ਇੰਨੀ ਵਫਾਦਾਰੀ ਹੈ ਆਪ, ਹੈ ਨਾ। ਤੇ ਪਰ ਹੁਣ ਵਫਾਦਾਰੀ ਸਗੋਂ ਕੁੱਤਿਆਂ ਦੇ ਵਿੱਚ ਜ਼ਿਆਦਾ ਹੈ ਇਨਸਾਨਾਂ ਦੇ ਨਾਲ। ਸੋਸ਼ਲ ਮੀਡੀਆ ਕਰਕੇ ਨਾ ਅਸਲੀਅਤ 'ਤੇ ਪਰਦਾ ਜਿਹਾ ਪੈਂਦਾ ਜਾ ਰਿਹਾ ਬਹੁਤ ਜ਼ਿਆਦਾ ਨਾ। ਸੋਸ਼ਲ ਮੀਡੀਆ 'ਤੇ ਕੀ ਹੈ ਵੀ ਪ੍ਰੋਫਾਈਲ ਬਣਾ ਲਈ ਬੰਦੇ ਨੇ, ਉਹਨੂੰ ਹੁੰਦਾ ਸੋਸ਼ਲ ਮੀਡੀਆ 'ਤੇ ਮੈਂ ਜੋ ਹੈਗਾ ਸਭ ਨੂੰ ਉਹ ਦਿਖੇਗਾ, ਹੈ ਨਾ। ਕੋਈ ਫੋਲੋ ਕਰ ਰਿਹਾ ਤੁਹਾਨੂੰ, ਕੋਈ ਤੁਹਾਨੂੰ ਪੋਸਟ ਦੇਖ ਰਿਹਾ ਤੁਹਾਡੀ, ਆਪਾਂ ਉੱਦਾਂ ਦੀ ਚੀਜ਼ ਪਾਣੀ ਹੈ ਜਿਹੜੀ ਸਭ ਨੂੰ ਲੱਗੇ ਵਾਹ ਇੰਪ੍ਰੈਸਿਵ ਹੈ। ਡਰ ਕਈ ਤਰ੍ਹਾਂ ਦੇ ਹੁੰਦੇ ਨੇ, ਹਰੇਕ ਦੀ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਚੀਜ਼ ਦਾ ਡਰ ਹੁੰਦਾ ਹੀ ਹੈ, ਤੇ ਉਹ ਹਮੇਸ਼ਾ ਮਨ ਦੇ ਵਿੱਚ ਹੁੰਦਾ ਹੈ। ਕਈ ਚੀਜ਼ਾਂ ਤਾਂ ਐਵੇਂ ਦੀ ਹੁੰਦੀਆਂ ਨੇ ਵੀ ਬਚਪਨ ਤੋਂ ਲੈ ਕੇ ਡਰ ਅੱਗੇ ਬੁਢਾਪੇ ਤੱਕ ਵੀ ਜਾ ਕੇ ਉਹ ਡਰ ਖਤਮ ਨਹੀਂ ਹੁੰਦਾ। ਤੇ ਇਹ ਡਰ ਦੀ ਵੀ ਕਾਫੀ ਵੈਰਾਈਟੀਜ਼ ਨੇ, ਜ਼ਰੂਰੀ ਨਹੀਂ ਕਿ ਕਿਸੇ ਫਿਜ਼ੀਕਲ ਚੀਜ਼ ਤੋਂ ਡਰ ਲੱਗੇ, ਜਿਵੇਂ ਕਿ ਆਪਾਂ ਭੂਤ ਪ੍ਰੇਤ ਕਹਿ ਲੈਂਦੇ ਹਾਂ, ਹਨੇਰੇ ਤੋਂ ਡਰ ਲੱਗਣਾ, ਕੁੱਤਿਆਂ ਤੋਂ ਡਰ ਲੱਗਣਾ, ਹੈ ਨਾ। ਤੇ ਕਿਸੇ ਨੂੰ ਖੂਨ ਤੋਂ ਡਰ ਲੱਗਣਾ, ਡਰ ਵੀ ਕਈ ਤਰ੍ਹਾਂ ਦੇ ਹੁੰਦੇ ਆ, ਅਸਫਲਤਾ ਦਾ ਡਰ ਹੋ ਗਿਆ। ਤਾਂ ਇਹਨਾਂ ਹੀ ਚਰਚਾਵਾਂ 'ਤੇ, ਡਰ 'ਤੇ ਅਤੇ ਹੋਰ ਵੀ ਕਈ ਮੁੱਦਿਆਂ 'ਤੇ ਆਪਾਂ ਅੱਜ ਗੱਲ ਕਰਾਂਗੇ। ਮੇਰੇ ਨਾਲ ਮੇਰੇ ਸਹਿਯੋਗੀ ਪ੍ਰਭਜੋਤ ਮੈਮ ਮੌਜੂਦ ਨੇ, ਅਤੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਅਤੇ ਆਪਾਂ ਸਭ ਤੋਂ ਪਹਿਲਾਂ ਪੁੱਛੂਗੀ ਤੁਹਾਡੇ ਤੋਂ ਵੀ ਤੁਹਾਨੂੰ ਕਿਸ ਚੀਜ਼ ਤੋਂ ਡਰ ਲੱਗਦਾ ਹੈ, ਇਹ ਦੱਸੋ ਮੈਨੂੰ। ਜਿਵੇਂ ਤੁਸੀਂ ਜ਼ਿਕਰ ਕੀਤਾ ਨਾ, ਮੈਨੂੰ ਹਨੇਰੇ ਤੋਂ, ਅਕਸਰ ਕਹਿੰਦੇ ਨੇ ਕੁੜੀਆਂ ਨੂੰ ਹਨੇਰੇ ਤੋਂ ਡਰ ਲੱਗਦਾ, ਮੈਂ ਵੀ ਉਹਨਾਂ ਵਿੱਚ ਹੀ ਹਾਂ, ਹਨੇਰੇ ਤੋਂ ਬਹੁਤ ਡਰ ਲੱਗਦਾ। ਮੈਂ ਇਕੱਲੀ ਸੌ ਨਹੀਂ ਸਕਦੀ, ਮੈਨੂੰ ਨਾਲ ਕੋਈ ਚਾਹੀਦਾ, ਕੋਈ ਫੈਮਿਲੀ ਮੈਂਬਰ ਕਿ ਸੁੱਤਾ ਹੋਵੇ, ਹਨੇਰੇ ਤੋਂ ਮੈਨੂੰ ਬਹੁਤ, ਜਿਵੇਂ ਅਚਾਨਕ ਕਿਸੇ ਲਾਈਟ ਚਲੇ ਜਾਂਦੀ ਤੇ ਮਨ ਦੇ ਵਿੱਚ ਵੱਖਰੇ ਵੱਖਰੇ ਤਰ੍ਹਾਂ ਦੇ ਖਿਆਲ ਆਉਣ ਲੱਗ ਜਾਂਦੇ ਆਪਣੇ ਆਪ ਹੀ। ਜਦੋਂ ਇਕੱਲੇ ਹੋਈਏ ਨਾ, ਉਦੋਂ ਲਾਈਟ ਚਲ ਗਈ ਤਾਂ ਆਵਾਜ਼ਾਂ, ਖਿੜਕੀ ਦੀ ਆਵਾਜ਼, ਪੱਖੇ ਦੀ ਆਵਾਜ਼, ਹੈ ਨਾ, ਬੈੱਡ ਦੀ ਚੂ ਚੂ ਵੀ ਅਜੀਬ ਲੱਗੇਗੀ। ਤੇ ਜਦੋਂ ਕੋਈ ਨਾਲ ਹੋਵੇ ਨਾ, ਕੁਛ ਵੀ ਹੋਈ ਜਾਵੇ, ਕੋਈ ਬਾਹਰ ਝਗੜਾ ਹੋਈ ਜਾਵੇ, ਕੋਈ ਫਰਕ ਹੀ ਨਹੀਂ ਪੈਂਦਾ। ਕੋਈ ਨਹੀਂ, ਕੋਈ ਨਹੀਂ, ਪਰ ਅਚਾਨਕ ਉਹ ਚੀਜ਼ਾਂ ਉਦੋਂ ਹੀ ਹੁੰਦੀਆਂ ਨੇ ਜਾਂ ਅਸੀਂ ਮਹਿਸੂਸ ਕਰਦੇ ਹਾਂ, ਉਦੋਂ ਇਹ ਹੁੰਦਾ ਨਾ ਵੀ ਉਦੋਂ ਮਨ ਖਾਲੀ ਹੁੰਦਾ, ਮਨ ਦੇ ਵਿੱਚ ਇਹੀ ਚੀਜ਼ਾਂ ਚੱਲਦੀਆਂ ਨੇ, ਇਹ ਚੱਕਰ ਪੈ ਜਾਂਦਾ। ਹਾਂ ਹਾਂ, ਤੇ ਮੈਨੂੰ ਇੱਦਾਂ ਹੀ ਹੁੰਦਾ ਹੈ, ਪਰ ਹਰ ਕਿਸੇ ਨੇ ਜਿੰਨਾ ਵੀ ਮੈਂ ਇਹਦੇ ਗੱਲ ਕੀਤੀ ਹੈ ਨਾ, ਕਹਿੰਦੇ ਸਗੋਂ ਤੁਸੀਂ ਇਹ ਚੀਜ਼ ਨੂੰ, ਡਰ ਨੂੰ ਆਪਣੇ ਨੂੰ ਖਤਮ ਕਰਿਆ ਕਰੋ। ਜੇ ਤੁਹਾਨੂੰ ਲੱਗ ਰਿਹਾ, ਆਪਾਂ ਮਹਿਸੂਸ ਕਰਨ ਲੱਗ ਜਾਂਦੇ ਯਾਰ ਹੁਣ ਹਨੇਰਾ ਹੋ ਗਿਆ, ਮੈਨੂੰ ਲੱਗ ਰਿਹਾ ਦੂਸਰੇ ਕਮਰੇ ਦੇ ਵਿੱਚ ਕੋਈ ਹੈਗਾ ਏ, ਕੋਈ ਐਵੇਂ, ਤੇ ਮੈਂ ਸਗੋਂ ਹੀ ਹੋਊਗਾ ਆਪਣੇ ਤੇ ਉੱਤੇ ਕੰਬਲ ਲੈ ਲੈਂਦੀ ਕਿ ਮੈਂ ਨਹੀਂ ਦੇਖ ਰਹੀ। ਮੈਂ ਇੱਕ ਚੀਜ਼ ਇਹ ਵੀ ਕਹੂੰਗੀ ਵੀ ਇਹਨਾਂ ਦੇ ਵਿੱਚ ਫਿਲਮਾਂ ਦਾ ਬਹੁਤ ਵੱਡਾ ਰੋਲ ਹੈ। ਹਾਂ, ਚੰਦਰਮੁਖੀ, ਹੈ ਨਾ, ਕਿਹਦੇ ਪਾਰਟਸ ਨੇ, ਮੰਜੂਲਿਕਾ। ਹਾਂ, ਮੇਰੇ ਮਨ 'ਚ ਤਾਂ ਇਹ ਹੁੰਦਾ ਸੀ, ਮਤਲਬ ਮੈਂ ਜਦੋਂ ਛੋਟੀ ਹੁੰਦੀ ਸੀ ਘਰ ਦੇ ਵਿੱਚ ਰਹਿੰਦੇ ਸੀ, ਉਹ ਛੱਤ ਨਾ ਥੋੜ੍ਹੀ ਡਰਾਵਣੀ ਜਿਹੀ ਸੀਗੀ, ਤੇ ਰਾਤੀ ਮੈਂ ਜਦੋਂ ਬਾਹਰ ਆਉਣਾ ਹੁੰਦਾ ਸੀ, ਵਾਸ਼ਰੂਮ ਬਾਹਰ ਜੇ ਹੁੰਦਾ ਸੀ, ਮੈਂ ਜਾਂਦੀ ਸੀ, ਮੈਨੂੰ ਛੱਤ 'ਤੇ ਨਾ ਹੁੰਦਾ ਵੀ ਨਹੀਂ ਸੀ ਕੋਈ, ਮੈਨੂੰ ਮੰਜੂਲਿਕਾ ਦਿਖਦੀ ਰਹਿੰਦੀ ਸੀ। ਤੇ ਮਨ ਦੇ ਵਿੱਚ ਇਮੇਜ ਬਣ ਗਈ ਸੀ ਵੀ ਯਾਰ ਭੂਤ ਹੈ, ਭੂਤ ਐਗਜ਼ਿਸਟ ਕਰਦਾ। ਤੇ ਹਲੇ ਵੀ ਬਹੁਤ ਟਾਈਮ ਹੋ ਗਿਆ, ਪਰ ਫਿਰ ਵੀ ਡਰ ਖਤਮ ਨਹੀਂ ਹੁੰਦਾ। ਹਾਂ, ਮੇਰੇ ਵੀ ਇਹੀ ਹੈ, ਆਪਾਂ ਅਕਸਰ ਉਦੋਂ ਦੇਖ ਲੈਂਦੇ ਹਾਂ ਇਹ ਜਿਹੀਆਂ ਮੂਵੀਆਂ ਕਿ ਚਲੋ ਕੋਈ ਨਹੀਂ, ਉਦੋਂ ਆਪਾਂ ਹੁੰਦੇ ਐਂ ਬਰੇਵ, ਆਪਾਂ ਕਿਸੇ ਦਾ ਡਰ। ਹਾਂ ਬਿਲਕੁਲ, ਉਸ ਤੋਂ ਬਾਅਦ ਜਦੋਂ ਇਕੱਲੇ ਹੁੰਦੇ ਹਾਂ ਫਿਰ ਉਦੋਂ ਇਹੋ ਜਿਹੀ ਚੀਜ਼ਾਂ ਤੋਂ ਡਰ ਲੱਗਦਾ, ਉਦੋਂ ਦਿਮਾਗ ਦੇ ਵਿੱਚ ਵੀ ਉਹੀ ਚੀਜ਼ਾਂ ਹੀ ਆਉਂਦੀਆਂ ਨੇ। ਬਿਲਕੁਲ, ਆਪਾਂ ਜਿੰਨਾ ਮਰਜ਼ੀ ਹਟਾਉਣ ਦੀ ਕੋਸ਼ਿਸ਼ ਕਰੀਏ ਆਪਣੇ ਦਿਮਾਗ 'ਚ ਉਹੀ ਆਉਂਦੀ ਹੈ। ਅਕਸਰ ਆਪਾਂ ਜਿਵੇਂ ਫਰੈਂਡਸ ਬੈਠੇ ਹੁੰਦੇ ਹਾਂ, ਉਦੋਂ ਆਪਾਂ ਗੱਲਾਂ ਕਰਦੇ ਰਹਿੰਦੇ ਹਾਂ, ਆਹ ਮੂਵੀ ਦੇਖੀਓ ਕਿੰਨੀ ਡਰਾਵਣੀ ਮੂਵੀ ਆ, ਤੁਸੀਂ ਆਹ ਵੇਖਿਓ, ਐਵੇਂ ਵੇਖਿਓ, ਉਸ ਤੋਂ ਬਾਅਦ ਉਹ ਗੱਲਾਂ ਜੇ ਆਪਾਂ ਉਹ ਮੂਵੀ ਦੇਖੀ ਵੀ ਨਹੀਂ ਹੁੰਦੀ ਜਾਂ ਕੁਛ, ਹੈ ਨਾ, ਤੇ ਆਪਣੇ ਤੋਂ ਆਪਾਂ ਆਪ ਹੀ ਘੜ ਲੈਂਦੇ ਯਾਰ ਉਹ ਐਵੇਂ ਹੋਊਗਾ, ਉਹ ਡਰਾਵਣੀ ਹੋ ਗਈ। ਉਦੋਂ ਇਕੱਲੇ ਬੈਠੇ ਨੇ, ਉਦੋਂ ਇਹੋ ਜਿਹੀ ਚੀਜ਼ਾਂ ਜ਼ਿਆਦਾ ਘੇਰਦੀਆਂ ਆਪਾਂ। ਹਾਂ, ਹੁੰਦਾ ਵੀ ਹੈ, ਕਜ਼ਨਸ ਨਾਲ ਕੀ ਹੁੰਦਾ ਹੈ, ਰਾਤ ਹੋ ਗਈ, ਹੋਰਰ ਮੂਵੀਜ਼ ਦੇਖਾਂਗੇ। ਹਾਂ, ਮੈਨੂੰ ਕੀ ਕੀਤਾ ਜਾਂਦਾ ਸੀ, ਕਮਰਾ ਬੰਦ ਕਰ ਦਿੱਤਾ ਜਾਂਦਾ ਸੀ, ਮੈਂ ਬੋਰਡਰ ਪੋਕ ਸੀ ਤੇ ਮੈਂ ਹੈਗੀ ਹਾਂ, ਤੇ ਕਮਰਾ ਬੰਦ ਕਰਕੇ ਲੈਪਟਾਪ ਖੋਲ ਕੇ ਕੌਂਜਰਿੰਗ ਮੂਵੀ ਹੈ ਲਗਾ ਕੇ
ਮੈਨੂੰ ਜ਼ਬਰਦਸਤੀ ਚਾਰ ਲੋਕਾਂ ਵੱਲੋਂ ਘਸਾ ਦਿੱਤਾ ਜਾਂਦਾ ਸੀ, ਦੇਖਣੀ ਹੈ ਤਾਂ ਮੂਵੀ ਅੱਖਾਂ ਖੋਲੀਆਂ ਜਾਂਦੀਆਂ ਸੀ, ਮੈਂ ਅੱਖਾਂ ਬੰਦ ਕਰ ਲੈਂਦੀ ਸੀ। ਅੱਛਾ, ਮੈਨੂੰ ਬੜਾ ਡਰ ਲੱਗਦਾ ਬਹੁਤ ਜ਼ਿਆਦਾ, ਤੇ ਬਹੁਤ ਮਤਲਬ ਭੂਤਾਂ ਦੇ ਡਰ ਹੀ ਨਹੀਂ ਹੈ, ਬਹੁਤ ਡਰ ਨੇ ਹਨੇਰੇ ਦੇ, ਜਿੱਦਾਂ ਤੁਸੀਂ ਗੱਲ ਕੀਤੀ ਬਿਲਕੁਲ ਅਵਾਰਾ ਕੁੱਤਿਆਂ ਦਾ ਡਰ ਤੇ ਤੋਂ ਹਮੇਸ਼ਾ। ਕਦੇ ਤੁਹਾਨੂੰ ਵੱਡੇ ਕੁੱਤੇ ਨੇ? ਨਹੀਂ ਨਹੀਂ, ਪਿੱਛੇ ਜ਼ਰੂਰ ਪਿਆ। ਮੇਰੇ ਵੀ ਸੇਮ, ਮੈਂ ਛੋਟੀ ਹੋ ਰਹੀ ਸੀ, ਛੋਟੀ ਸੀ ਜਦੋਂ ਮੈਂ ਸਕੂਲ ਜਾ ਰਹੀ ਸੀ ਅਸੀਂ, ਤੇ ਹਮੇਸ਼ਾ ਨਾ ਮੈਨੂੰ ਕਿਸੇ ਨੇ ਦੱਸਿਆ ਵੀ ਕੁੱਤੇ ਨਾ ਇਕੱਲੇ ਬੰਦੇ ਨੂੰ ਵੇਖ ਕੇ ਪੈਂਦੇ ਆ, ਤੇ ਮੈਂ ਸੋਚਦੀ ਨਹੀਂ ਨਹੀਂ ਐਵੇਂ ਦਾ ਨੀ ਕੁਛ ਹੁੰਦਾ, ਜੇ ਉਹਨੇ ਵੱਢਣਾ ਵੱਢ ਹੀ ਦੇਣਾ, ਜੇ ਆਪਾਂ ਉਹਨੂੰ ਛੇੜਾਂਗੇ। ਕਿਸੇ ਵੇਲੇ ਕਈ ਜਿਹੜੇ ਛੋਟੇ ਬੱਚੇ ਨੂੰ ਬੜੇ ਸ਼ੈਤਾਨ ਹੁੰਦੇ ਆ, ਉਹ ਜਾਣ ਕੇ ਕੁੱਤੇ ਨੂੰ ਤੰਗ ਕਰਦੇ, ਜਾਂ ਸੋਟੀ ਮਾਰਨਗੇ ਉਹਨੂੰ, ਜਾਂ ਕੁਛ ਵੀ ਫੜ ਕੇ ਉਹਦੇ ਮਾਰਨਗੇ, ਫਿਰ ਉਹ ਅਟੈਕ ਕਰਦੇ ਕਰਦੇ ਹੈ ਨਾ। ਐਵੇਂ ਮੈਂ ਸਕੂਲ ਜਾ ਰਹੀ ਸੀ ਤੇ ਇਕੱਲੀ ਜਾ ਰਹੀ ਸੀ, ਐਵੇਂ ਹੋਇਆ ਮੈਨੂੰ ਪਿੱਛੋਂ ਆ ਕੇ ਵੱਢ ਲਿਆ ਕੁੱਤੇ ਨੇ। ਅੱਛਾ, ਵੱਢੇ? ਹਾਂ, ਪਿੱਠ 'ਤੇ ਵੱਢਿਆ ਉਹਨੇ ਕੁੱਤੇ ਨੇ, ਅਤੇ ਮੇਰੇ ਅਜੇ ਵੀ ਨਿਸ਼ਾਨ ਹੈਗੇ ਆ, ਅਤੇ ਉਸ ਚੀਜ਼ ਕਰਕੇ ਮੇਰੇ ਅਜੇ ਵੀ ਇੰਨਾ ਡਰ ਬੈਠਾ ਆ, ਹੁਣ ਮੈਂ ਛੋਟੇ ਛੋਟੇ ਕੁੱਤਿਆਂ ਤੋਂ ਵੀ ਡਰਦੀ ਹਾਂ। ਪਾਲਤੂ ਸੀ ਕਿ ਅਵਾਰਾ ਸੀ? ਅਵਾਰਾ। ਮੇਰੇ ਨਾਲ ਤਾਂ ਪਾਲਤੂ ਇੰਜੈਕਸ਼ਨ ਇੰਜੈਕਸ਼ਨ ਵਗੈਰਾ ਉਹਦੇ ਲਗਵਾਏ, ਫਿਰ ਉਹ ਹਮੇਸ਼ਾ ਲਵਾਉਣੇ ਪੈਂਦੇ ਕਿਉਂਕਿ ਜਿਹੜੇ ਆਵਾਰਾ ਹੁੰਦੇ ਕੁੱਤੇ ਹੈ ਨਾ, ਅਤੇ ਉਹ ਅਜੇ ਵੀ ਮੇਰੇ ਮਨ 'ਚ ਡਰ ਹੈਗਾ, ਅਤੇ ਮੈਂ ਹੁਣ ਛੋਟੇ ਛੋਟੇ ਕੁੱਤੇ ਵੀ ਉਹਨਾਂ ਤੋਂ ਵੀ ਡਰਦੀ ਹਾਂ। ਹਾਂ, ਇਹ ਹੋ ਹੀ ਜਾਂਦਾ ਹੈ ਨਾ, ਛੋਟੇ ਬੜੇ ਪਿਆਰੇ ਜਿਹੇ ਹੁੰਦੇ, ਦੇਖਣ ਨੂੰ ਨਾ ਦੂਰੋਂ ਬੜੇ ਪਿਆਰੇ ਲੱਗਦੇ। ਮੇਰੇ ਨਾਲ ਕੀ ਹੈ, ਫੋਨਸ 'ਤੇ ਨਾ ਰੀਲਸ ਕੁੱਤਿਆਂ ਦੀ ਆਉਂਦੀ ਹੈ, ਮੇਰੇ ਕੋਲ ਬਹੁਤ ਜ਼ਿਆਦਾ ਆਉਂਦੀ ਹੈ, ਬੜੇ ਪਿਆਰੇ ਲੱਗਦੇ, ਕਿੰਨੇ ਕਿਊਟ ਨੇ। ਫਿਰ ਮੈਂ ਸੋਚਦੀ ਹਾਂ ਵੀ ਚਲੋ ਅੱਜ ਨਾ ਮੈਂ ਇਹਨਾਂ ਨੂੰ ਬਿਸਕਿਟ ਪਾਊਂਗੀ, ਮੈਂ ਸ਼ੁਰੂ ਕਰੂੰਗੀ, ਡਰ ਖਤਮ ਕਰੂੰਗੀ, ਹੱਥ ਲਗਾਊਂਗੀ, ਅਤੇ ਇਹ ਮੈਨੂੰ 4-5 ਮਹੀਨੇ ਹੋ ਗਏ ਸੋਚਿਆ, ਬਿਸਕਿਟ ਮੇਰੇ ਬੈਗ 'ਚ ਪਏ, ਫਿਰ ਮੈਂ ਧੋ ਨਹੀਂ ਸਕਿਆ, ਮੈਨੂੰ ਇੰਨਾ ਡਰ, ਜ਼ਿਆਦਾ ਡਰ ਲੱਗਦਾ ਨਾ, ਪਤਾ ਨਹੀਂ। ਹਾਲਾਂ ਅਸੀਂ ਅਜੇ ਘਰੇ ਵੀ ਰੱਖਿਆ ਹੋਇਆ ਕੁੱਤਾ, ਤੇ ਪਰ ਇਹ ਵੀ ਉਹ ਠੀਕ ਹੈ, ਵਧੀਆ ਲੱਗਦਾ, ਪਰ ਜਦੋਂ ਹੁਣ ਕਿਸੇ ਦਾ ਕੁੱਤਾ ਦੇਖਦੇ ਆਪਾਂ, ਤੇ ਅਕਸਰ ਆਪਾਂ ਜੇ ਆਪਾਂ ਪਹਿਲ ਕਰਦੇ ਨਾ ਕੁੱਤਾ, ਫੇਰ ਹੀ ਆਪਾਂ ਨੂੰ ਪੈਂਦਾ, ਜੇ ਆਪਾਂ ਉਹਨੂੰ ਛੇੜਾਂਗੇ ਉਦਾਂ ਉਹ ਨਹੀਂ ਅਟੈਕ ਕਰਦੇ ਆਪਣੇ 'ਤੇ, ਪਰ ਆਪਣੇ ਮਨ 'ਚ ਡਰ ਹੈਗਾ ਹੈ ਕਿ ਉਹ ਆਪਾਂ ਨੂੰ ਵੱਢ ਦੂਗਾ, ਆਪਾਂ ਉਹ ਆਪਣੇ ਦਿਮਾਗ ਨੂੰ ਪੜ੍ਹ ਲੈਂਦੇ ਆ ਵੀ ਜੇ ਮੈਨੂੰ ਛੇੜਨਾ, ਵੀ ਡਰ ਮਹਿਸੂਸ ਕਰਦੇ, ਉਹ ਵੀ ਡਰ ਮਹਿਸੂਸ ਕਰਦੇ ਆ ਵੀ ਜਿਵੇਂ ਆਪਾਂ ਡਰ ਰਹੇ ਨਾ, ਉਹਨੂੰ ਵੀ ਲੱਗ ਰਿਹਾ ਕਿ ਇਹ ਡਰ ਰਿਹਾ ਹੈ, ਇਹ ਮੇਰੇ 'ਤੇ ਅਟੈਕ ਕਰੂਗਾ, ਫਿਰ ਉਸ ਤੋਂ ਪਹਿਲਾਂ ਉਹ ਅਟੈਕ ਕਰ ਦਿੰਦੇ ਆ, ਐਵੇਂ ਅਕਸਰ ਹੁੰਦਾ ਹੈ। ਹਰ ਕਿਸੇ ਨੇ ਇਹੀ ਕਿਹਾ ਕਿ ਜਦੋਂ ਜੇ ਤੁਹਾਡੇ ਜਿਵੇਂ ਤੁਸੀਂ ਇਕੱਲੇ ਜਾ ਰਹੇ ਹੋ, ਜੇ ਤੁਹਾਨੂੰ ਕੁੱਤਾ ਮਤਲਬ ਲੰਘ ਰਿਹਾ ਹੈ ਨਾ, ਜਿਹੜਾ ਤੁਹਾਨੂੰ ਡਰ ਲੱਗ ਰਿਹਾ, ਡਰੋ ਨਾ, ਚੱਲਦੇ ਰਹੋ, ਅਤੇ ਜਿਵੇਂ ਮੰਨ ਲਓ ਕੋਈ ਵਹੀਕਲ 'ਤੇ ਜਾ ਰਿਹਾ ਹੈ ਨਾ, ਕੁੱਤੇ ਅਕਸਰ ਵਹੀਕਲ ਦੇ ਪਿੱਛੇ ਭੱਜ ਪੈਂਦੇ ਹੈ ਨਾ, ਅਕਸਰ ਕਹਿੰਦੇ ਆ ਕਿ ਵਹੀਕਲ ਆਪਣਾ ਸਪੀਡ ਨਾਲ ਨਾ ਕਰੋ, ਸਲੋਅ ਕਰ ਲਓ, ਸਲੋਅ ਕਰ ਲਓ, ਫਿਰ ਉਹ ਵੀ ਡਰ ਜਾਣਗੇ ਵੀ ਹਾਂ ਉਹਨਾਂ ਨੇ ਹੁਣ ਸਲੋਅ ਕਰ ਲਿਆ, ਜੇ ਆਪਾਂ ਸਪੀਡ ਨਾਲ ਕਰ ਲੈਂਦੇ ਵਹੀਕਲ ਆਪਣਾ, ਉਹ ਫਿਰ ਮਗਰ ਭੱਜਦੇ ਆਪਣੇ। ਹਾਂ, ਪਲੱਸ ਇਹ ਗੱਲ ਜਿਹਦੇ ਤੁਸੀਂ ਕਹਿੰਦੇ ਇਕੱਲੇ ਬੰਦੇ ਨੂੰ ਪੈਂਦੇ ਆ, ਏਦਾਂ ਤਾਂ ਨਹੀਂ ਮੈਨੂੰ ਲੱਗਦਾ, ਤੇ ਕੋਈ ਛੇੜੇ ਉਸ ਤੋਂ ਬਿਨਾਂ ਵੀ ਪੈਂਦੇ ਆ। ਮਤਲਬ ਗਲੀ ਦੇ ਕੁੱਤਿਆਂ ਨੂੰ ਦੇਖ ਲਓ, ਆਪਣੇ ਕੋਲ ਵੀਡੀਓਜ਼ ਕਿੰਨੀਆਂ ਆਉਂਦੀਆਂ ਨੇ। ਬਨੂੜ ਦੇ ਵਿੱਚ ਹੋਇਆ ਸੀ, ਇੱਕ ਜਾ ਰਹੀ ਸੀ ਲੇਡੀ, ਤੇ 7-8 ਕੁੱਤਿਆਂ ਨੇ ਅਟੈਕ ਕਰਤਾ, ਉਹ ਡਿੱਗ ਗਈ, ਕਿਸੇ ਤਰ੍ਹਾਂ ਭੱਜੀ ਹੈ, ਤੇ ਆਪਣੇ ਕੋਲ ਇੱਕ ਉਹ ਖਬਰ ਆਈ ਸੀ, ਕੁੱਤਿਆਂ ਨੇ ਨੋਚ ਨੋਚ ਕੇ ਲੇਡੀ ਮਾਰੀ ਸੀ ਜਿਹੜੀ, ਹੈ ਨਾ, ਉਸ ਪਿੰਡ ਦੇ ਵਿੱਚ ਕੁੱਤਿਆਂ ਦਾ ਕਿੰਨਾ ਕਹਿਰ ਸੀ, ਹੈ ਨਾ। ਤੇ ਜ਼ਰੂਰੀ ਨਹੀਂ ਵੀ ਮਤਲਬ ਆਪਣੇ ਵੱਲੋਂ ਇਨੀਸ਼ੀਏਸ਼ਨ ਹੈ, ਪਤਾ ਨਹੀਂ ਕੀ ਪ੍ਰੋਬਲਮ ਹੈ ਕੀ ਹੈ, ਪਰ ਅਟੈਕ ਕਰ ਦੇ ਨੇ। ਇੱਕ ਹੋਰ ਵੀਡੀਓ ਜਿਵੇਂ ਤੁਸੀਂ ਜ਼ਿਕਰ ਕੀਤਾ, ਇੱਕ ਵੀਡੀਓ ਆਈ ਸੀ, ਮੈਨੂੰ ਹੁਣ ਡਾਇਰੈਕਟ ਲੋਕੇਸ਼ਨ ਨਹੀਂ ਯਾਦ ਹੈਗੀ, ਪਰ ਉਹ ਬੰਦੇ ਨੇ ਉਹ ਕੁੱਤੇ ਦੇ ਇੰਨੇ ਬੇਰਹਿਮੀ ਦੇ ਨਾਲ ਉਹਨੂੰ ਕੁੱਟਿਆ, ਉਹਦੇ ਸਿਰ 'ਚ ਡੰਡੇ ਮਾਰੇ, ਇਹੋ ਜਿਹੀ ਵੀ ਵੀਡੀਓ ਸਾਹਮਣੇ ਆਉਂਦੀ ਹੈ, ਆਪਾਂ ਨੂੰ ਐਵੇਂ ਵੀ ਨਹੀਂ ਕਰਨਾ ਚਾਹੀਦਾ, ਹੈ ਨਾ। ਅਤੇ ਪਰ ਕੁੱਤੇ ਵੀ ਅਟੈਕ ਕਰ ਦਿੰਦੇ ਨੇ, ਪਰ ਕਹਿ ਦਿੰਦੇ ਉਹ ਫਿਰ ਹੁਣ ਇਨਸਾਨ 'ਤੇ ਉਹਦੇ 'ਚ ਫਰਕ ਪੈ ਜਾਂਦਾ। ਹਾਂ, ਇਹ ਵੀ ਰੀਜ਼ਨ ਹੋ ਸਕਦਾ ਵੀ ਮਤਲਬ ਪ੍ਰੀਵੀਅਸ ਐਕਸਪੀਰੀਅੰਸ ਉਹਨਾਂ ਦਾ ਐਵੇਂ ਦਾ ਰਿਹਾ ਹੋਵੇ ਵੀ ਉਹ ਬੰਦਿਆਂ ਤੋਂ ਡਰਦੇ ਹੋਣ ਜਾਂ ਬੰਦੇ 'ਤੇ ਅਟੈਕ ਕਰਦੇ ਨਹੀਂ ਜਾਣਦੇ ਹੋਣ, ਇਹ ਚੀਜ਼ਾਂ ਵੀ ਹੋ ਜਾਂਦੀਆਂ ਨੇ, ਕਿਉਂਕਿ ਹਰੇਕ ਦੇ ਦਿਮਾਗ 'ਤੇ ਫਰਕ ਤਾਂ ਪੈਂਦਾ ਹੀ ਹੈ ਨਾ। ਪਰ ਇਹ ਵੀ ਹੈ ਕਿ ਮਤਲਬ ਇਨਸਾਨ ਤੇ ਜਾਨਵਰ ਦੇ ਵਿੱਚ ਬੈਲੈਂਸ ਜਿਹਾ ਹੋਣਾ ਚਾਹੀਦਾ, ਭਾਰੀ ਨਹੀਂ ਕੋਈ ਕਿਸੇ ਤੇ ਪੈਣਾ ਚਾਹੀਦਾ। ਵੀ ਅੱਜ ਕੱਲ੍ਹ ਤਾਂ ਐਵੇਂ ਹੁਣ ਕਹਿ ਦਿੰਦੇ ਆ ਸਾਰੇ ਇਹੀ ਗੱਲ ਕਰਦੇ ਆ ਕਿ ਹੁਣ ਤੇ ਵਫਾਦਾਰੀ ਸਗੋਂ ਕੁੱਤਿਆਂ ਦੇ ਵਿੱਚ ਜ਼ਿਆਦਾ ਹੈ। ਸਹੀ ਗੱਲ ਹੈ, ਇਨਸਾਨਾਂ ਨਾਲੋਂ ਹਾਂ ਕੁੱਤਿਆਂ ਦੇ ਵਿੱਚ ਵਫਾਦਾਰੀ ਜ਼ਿਆਦਾ ਹੈ। ਐਗਜ਼ਾਮਪਲ ਵਫਾਦਾਰੀ ਹਮੇਸ਼ਾ ਕੁੱਤਿਆਂ ਦੀ ਦਿੱਤੀ ਜਾਂਦੀ ਹੈ, ਕੁੱਤਿਆਂ ਦੀ ਦਿੱਤੀ ਜਾਂਦੀ ਹੈ ਅਕਸਰ। ਮੈਂ ਨਾ ਇੱਕ ਸੋਸ਼ਲ ਮੀਡੀਆ 'ਤੇ ਵੀਡੀਓ ਦੇਖੀ ਸੀ, ਉਹ
ਆਪਣੇ ਕੁੱਤੇ ਨੂੰ ਇੱਥੇ ਛੱਡ ਕੇ ਉਹ ਵਿਦੇਸ਼ ਚਲਾ ਜਾਂਦਾ ਬੰਦਾ, ਠੀਕ ਹੈ, ਤੇ ਉਹ ਕੁੱਤਾ ਉਹਦੇ ਮਗਰ ਮਗਰ ਮਤਲਬ ਜਦੋਂ ਏਅਰਪੋਰਟ ਤੋਂ ਏਅਰਪੋਰਟ ਤੇ ਜਾਂਦਾ ਹੈ ਘਰ ਤੋਂ ਉਹਦੇ ਗੱਡੀ ਦੇ ਮਗਰ ਮਗਰ ਭੱਜਦਾ, ਇੰਨੀ ਵਫ਼ਾਦਾਰੀ ਆ ਆਪ, ਹਨਾ, ਤੇ ਪਰ ਹੁਣ ਵਫ਼ਾਦਾਰੀ ਸਗੋਂ ਕੁੱਤਿਆਂ ਦੇ ਵਿੱਚ ਜ਼ਿਆਦਾ ਹੈ ਇਨਸਾਨਾਂ ਦੇ ਨਾਲ। ਇੱਥੇ ਮੈਂ ਜ਼ਿਕਰ ਸੋਸ਼ਲ ਮੀਡੀਆ ਦਾ ਕਰੂੰਗੀ, ਹੈ ਨਾ, ਸੋਸ਼ਲ ਮੀਡੀਆ ਸਾਰੇ ਵਰਤਦੇ ਆ, ਦਿਨ ਦੀ ਸ਼ੁਰੂਆਤ ਫੋਨ ਚਲਾ ਕੇ ਸੋਸ਼ਲ ਮੀਡੀਆ ਸਟੋਰੀਜ਼ ਚੈੱਕ ਕਰਕੇ ਸਟੇਟਸ ਦੇਖ ਕੇ ਆਪਾਂ ਸੋਣਾ ਹੈ, ਫਿਰ ਵੀ ਆਪਾਂ ਫੋਨ ਦੇਖ ਕੇ ਸੋਣਾ ਕੀ ਆ ਕੀ ਚੱਲ ਰਿਹਾ। ਫਿਰ ਆਪਾਂ ਇਹ ਨਹੀਂ ਹੈ ਇੱਕ ਐਪ ਚਲਾ ਰਹੇ ਆ, ਤਿੰਨੋਂ ਐਪ ਖੋਲੀਆਂ ਹੋਈਆਂ, ਇੱਕ ਤੋਂ ਲੈ ਕੇ ਦੂਜੀ, ਦੂਜੀ ਤੋਂ ਲੈ ਕੇ ਤੀਸਰੀ। ਕਈ ਵਾਰ ਤਾਂ ਇੱਦਾਂ ਵੀ ਹੁੰਦਾ ਇੱਕ ਬੰਦੇ ਨਾਲ ਤਿੰਨ ਜਗ੍ਹਾ ਤੋਂ ਚੈਟਿੰਗ ਵੀ ਕਰ ਰਹੇ ਹੁੰਦੇ ਆ ਆਪਾਂ, ਬਿਲਕੁਲ ਐਡਿਕਸ਼ਨ ਸੋਸ਼ਲ ਮੀਡੀਆ ਦੀ ਬਹੁਤ ਜ਼ਿਆਦਾ ਹੋ ਗਈ ਆਪਾਂ। ਸਵੇਰੇ ਉੱਠਦੇ ਸਾਰ ਦੇਖਣਾ ਹੈ ਜੇ ਸਟੋਰੀ ਨਹੀਂ ਦੇਖੀ, ਸਟੋਰੀ ਮਿਸ ਹੋ ਗਈ, ਉਹ ਮੈਂ ਕੀ ਮਿਸ ਕਰਤਾ, ਉਹਨੇ ਕੀ ਕੀਤਾ ਸੀਗਾ, ਹੈ ਨਾ, ਇਹ ਚੀਜ਼ਾਂ ਬਹੁਤ ਹੋ ਗਈਆਂ ਨੇ। ਪਰ ਫਿਰ ਮੈਨੂੰ ਕੀ ਲੱਗਦਾ ਵੀ ਸੋਸ਼ਲ ਮੀਡੀਆ ਕਰਕੇ ਨਾ ਅਸਲੀਅਤ ਤੇ ਪਰਦਾ ਜਿਹਾ ਪੈਂਦਾ ਜਾ ਰਿਹਾ ਬਹੁਤ ਜ਼ਿਆਦਾ ਨਾ। ਸੋਸ਼ਲ ਮੀਡੀਆ ਤੇ ਕੀ ਹੈ ਵੀ ਪ੍ਰੋਫਾਈਲ ਬਣਾ ਲਈ ਬੰਦੇ ਨੇ, ਉਹਨੂੰ ਹੁੰਦਾ ਸੋਸ਼ਲ ਮੀਡੀਆ ਤੇ ਮੈਂ ਜੋ ਹੈਗਾ ਸਭ ਨੂੰ ਉਹ ਦਿਖੇਗਾ, ਹੈ ਨਾ, ਕੋਈ ਫੋਲੋ ਕਰ ਰਿਹਾ ਤੁਹਾਨੂੰ, ਕੋਈ ਤੁਹਾਨੂੰ ਪੋਸਟ ਦੇਖ ਰਿਹਾ ਤੁਹਾਡੀ, ਆਪਾਂ ਉਦਾਂ ਦੀ ਚੀਜ਼ ਪਾਣੀ ਹੈ ਜਿਹੜੀ ਸਭ ਨੂੰ ਲੱਗੇ ਵਾਹ ਇੰਪ੍ਰੈਸਿਵ ਹੈ, ਹੈ ਨਾ, ਤੇ ਉਹ ਚੀਜ਼ ਅਸਲ ਨਹੀਂ ਹੈ, ਅਸਲ ਉਹ ਫਿਲਟਰ ਵਾਲੀ ਲਾਈਫ ਹੈ। ਠੀਕ ਹੈ, ਇੱਕ ਲਾਈਫ ਅਸਲ ਲਾਈਫ ਉਹ ਫਿਲਟਰ ਵਾਲੀ ਲਾਈਫ ਹੈ ਜੋ ਸੋਸ਼ਲ ਮੀਡੀਆ ਤੇ, ਕਿਉਂਕਿ ਜੋ ਅਕਸਰ ਉਹ ਪਰੋਸ ਰਿਹਾ ਜੋ ਦਿਖਾ ਰਿਹਾ ਉਹ ਉਦਾਂ ਦਾ ਨਹੀਂ ਹੈ ਬੰਦਾ, ਉਹ ਬਿਲਕੁਲ ਉਹਦੇ ਆਪੋਜ਼ਿਟ ਹੋਏਗਾ ਬੰਦਾ, ਬਿਲਕੁਲ ਬਿਲਕੁਲ ਸਹੀ ਗੱਲ ਹੈ। ਤੇ ਸਟੋਰੀਆਂ ਪਾਈਆਂ ਜਾਂਦੀਆਂ ਨੇ ਤਾਂ ਕਿ ਲੋਕਾਂ ਨੂੰ, ਅੱਜ ਕੱਲ੍ਹ ਕੀ ਹੈ ਮੈਂ ਸਭ ਤੋਂ ਪਹਿਲੀ ਗੱਲ ਸਟੇਟਸ ਤੇ ਸਟੋਰੀਆਂ ਦੀ ਕਰੂੰਗੀ, ਬੰਦੇ ਨੂੰ ਚਾਹੇ ਸਟੋਰੀ ਭਾਵੇਂ ਅੱਛੀ ਲੱਗੀ ਹੋਵੇ ਨਾ ਲੱਗੀ ਹੋਵੇ, ਉਹਨੇ ਪਾਣੀ ਹੈ ਲੋਕਾਂ ਨੂੰ ਦਿਖਾਣੀ ਹੈ, ਕਈ ਵਾਰ ਤਾਂ ਕਿਸੇ ਪਰਟੀਕੁਲਰ ਪਰਸਨ ਲਈ ਪਾਈ ਜਾਂਦੀ ਹੈ। ਹਾਂ ਬਿਲਕੁਲ, ਇਹ ਬੜਾ ਸਟੇਟਸ, ਇੱਥੇ ਘੁੰਮਣ ਗਏ ਉਹ ਸਾਡੇ ਕੈਮਰਾਮੈਨ ਨੇ ਵੀ ਪਾਇਆ ਨਾ, ਇੱਥੇ ਘੁੰਮਣ ਗਏ ਸਟੋਰੀ ਪਾਤੀ, ਕਿਤੇ ਘੁੰਮਣ ਗਏ ਸਟੋਰੀ ਪਾਤੀ, ਹੈ ਨਾ, ਸਟੋਰੀਆਂ ਦਾ ਰਿਵਾਜ਼ ਨਹੀਂ ਮੈਨੂੰ ਸਮਝ ਆਉਂਦਾ। ਮੇਰੇ ਨਾਲ ਅਕਸਰ ਪਤਾ ਕੀ ਕਹਿੰਦੇ, ਹੁਣ ਮੂਡ ਤੇ ਡਿਪੈਂਡ ਹੈ ਜਿਹੜੇ ਸਟੇਟਸ ਹੈ, ਜੇ ਆਪਾਂ ਸੈਡ ਆ ਆਪਾਂ ਸੈਡ ਸਟੋਰੀ ਲਾਵਾਂਗੇ, ਡੀਪੀ ਵੀ ਬਦਲਾਂਗੇ, ਡੀਪੀ ਵੀ ਬਦਲਾਂਗੇ, ਕਿਸੇ ਵੀ ਨੇ ਤੇ ਐਵੇਂ ਹੁੰਦਾ, ਕਈ ਲੋਕ ਐਵੇਂ ਵੀ ਕਰਦੇ ਨੇ ਕਿ ਜੇ ਕਿਸੇ ਨਾਲ ਲੜ ਪਏ ਉਹ ਡੀਪੀ ਰਿਮੂਵ ਕਰ ਦਿੰਦੇ ਨੇ, ਕਰ ਦੇਣਾ, ਐਵੇਂ ਵੀ ਹੈ ਇਹ। ਹਾਂ, ਕਨੈਕਸ਼ਨ ਤੇ ਡਿਪੈਂਡ ਹੈ ਸਾਰਾ ਕੁਝ, ਸੋਸ਼ਲ ਮੀਡੀਆ ਆਪਣੇ ਮੂਡ ਤੇ ਡਿਪੈਂਡ ਹੈ, ਬਹੁਤ ਇੰਪੈਕਟ ਪਾਉਂਦਾ ਹੈ ਸੋਸ਼ਲ ਮੀਡੀਆ ਜ਼ਿਆਦਾ। ਹੁਣ ਤਾਂ ਛੋਟੇ ਛੋਟੇ ਬੱਚੇ ਵੀ ਚਲਾ ਰਹੇ ਆ, ਜੋ ਖਾਣਾ ਨਹੀਂ ਖਾ ਰਹੇ ਉਹਨਾਂ ਦੇ ਘਰ ਦੇ ਉਹਨਾਂ ਨੂੰ ਫੋਨ ਦੇ ਦਿੰਦੇ, ਰੋਟੀ ਖਾਣ ਲੱਗ ਜਾਂਦੇ ਨੇ, ਫਿਰ ਉਹੀ ਪੇਰੈਂਟਸ ਨੂੰ ਇਹੀ ਕਿਹਾ ਜਾਂਦਾ ਵੀ ਸਾਡਾ ਬੱਚਾ ਤਾਂ ਫੋਨ ਹੀ ਬੜਾ ਚਲਾਉਂਦਾ ਹੈ। ਸਹੀ ਗੱਲ, ਜਿੰਦਾ ਫੋਨ ਹੈ ਪਹਿਲਾਂ, ਹਾਂ, ਧਿਆਨ ਤਾਂ ਆਪਾਂ ਨੂੰ ਰੱਖਣਾ ਪਏਗਾ ਨਾ। ਮਤਲਬ ਤੇ ਜੇ ਆਪਾਂ ਬੱਚਿਆਂ ਦੀ ਗੱਲ ਕਰ ਰਹੇ, ਉੱਥੇ ਆਪਾਂ ਜੇਕਰ ਨੌਜਵਾਨ ਕੁੜੀ ਮੁੰਡਿਆਂ ਦੀ ਗੱਲ ਕਰੀਏ, ਉਹ ਵੀ ਫੋਨਾਂ ਦੇ ਵਿੱਚ ਉਹਨਾਂ ਨੂੰ ਰੀਲ ਦਾ ਬਹੁਤ, ਰੀਲ ਬਣਾ ਲਈ ਦਿਨ ਦੀ ਇੱਕ ਨਹੀਂ ਰੀਲ, ਕਈ ਕਈ ਰੀਲ ਬਣਾਉਣੀਆਂ, ਠੀਕ ਹੈ, ਦਿਨ ਸ਼ੁਰੂਆਤ ਹੁੰਦੇ ਆ ਰੀਲਸ ਬਣਾਉਣੀਆਂ, ਸਟਾਰਟ ਕਰਨੀ ਆਪਾਂ, ਅਪਲੋਡ ਕਰਨੀ, ਵਿਊਜ਼ ਦਾ ਮਸਲਾ ਬਸ ਜ਼ਿਆਦਾ। ਹਾਂ ਬਸ, ਮੈਨੂੰ ਤਾਂ ਇਹ ਲੱਗਦਾ ਵੀ ਉਹਦੇ ਨਾਲ ਆਪਣੇ ਮਾਈਂਡ ਤੇ ਬਹੁਤ ਜ਼ਿਆਦਾ ਇੰਪੈਕਟ ਪੈਂਦਾ, ਆਪਾਂ ਨੇ ਹਲੇ ਨਹੀਂ ਸਮਝਦੇ ਪਰ ਅੱਗੇ ਜਾ ਕੇ ਸਮਝਾਂਗੇ। ਤੇ ਉਹਦੇ ਨਾਲ ਇੱਕ ਚੀਜ਼ ਤਾਂ ਆਪਾਂ ਸਭ ਵੀ ਸਮਝਦੇ, ਜਿਵੇਂ ਸੋਸ਼ਲ ਮੀਡੀਆ ਤੇ ਜੋ ਬੰਦਾ ਬਹੁਤ ਜ਼ਿਆਦਾ ਐਕਟਿਵ ਹੈ ਨਾ, ਉਹ ਬੰਦਾ ਰੀਅਲ ਦੇ ਵਿੱਚ ਕਮਿਊਨੀਕੇਟ ਵੀ ਨਹੀਂ ਕਰ ਸਕਦਾ। ਬਿਲਕੁਲ, ਹਾਂ, ਆਪਾਂ ਹੁਣ ਅਕਸਰ ਜੇ ਮੰਨ ਲਓ ਚਾਰ ਬੰਦੇ ਬੈਠੇ ਆ, ਚਾਰੇ ਫੋਨ ਤੇ ਲੱਗੇ ਆ, ਕੀ ਫਾਇਦਾ ਆਪਾਂ ਨੂੰ ਇਕੱਠੇ ਬੈਠਣ ਦਾ, ਫੋਨ ਚਲਾ ਰਹੇ ਆਪਾਂ, ਅਕਸਰ ਐਵੇਂ ਹੀ ਹੁੰਦਾ ਹੈ। ਹੁਣ ਤੇ ਘਰਾਂ ਦੇ ਵਿੱਚ ਵੀ ਜੇ ਪੰਜ ਮੈਂਬਰ ਹੈ, ਫੈਮਿਲੀ ਮੈਂਬਰ ਨੇ, ਸੱਤ ਨੇ, ਚਾਰ ਨੇ, ਸਾਰਿਆਂ ਕੋਲ ਅਲੱਗ ਅਲੱਗ ਫੋਨ ਹੈ, ਇੱਕ ਐਕਸਟਰਾ ਵੀ ਹੁੰਦਾ, ਰੱਖਿਆ ਹੀ ਹੁੰਦਾ, ਠੀਕ ਹੈ, ਉਹ ਆਪਣੇ ਫੋਨ ਲੈ ਕੇ ਕੋਈ ਕਿਸੇ ਦੇ ਨਾਲ ਆਪਾਂ ਦੁੱਖ ਨਹੀਂ ਸਾਂਝਾ ਕਰਦੇ, ਕੋਈ ਖੁਸ਼ੀ ਨਹੀਂ ਸਾਂਝਾ ਕਰਦੇ, ਅੱਜ ਕੱਲ੍ਹ ਜਿਵੇਂ ਉਹ ਕਹਿ ਰਹੇ ਨਾ ਅਲੱਗ ਹੁੰਦੇ ਜਾ ਰਹੇ ਆ, ਹੈ ਨਾ, ਆਪਣੀ ਮਰਜ਼ੀ ਹੈ, ਰਿਪਲਾਈ ਕਰੋ ਨਾ ਕਰੋ, ਰੀਅਲ ਦੇ ਵਿੱਚ ਕੀ ਆਪਾਂ ਕਮਿਊਨੀਕੇਸ਼ਨ ਅਵੋਇਡ ਨਹੀਂ ਕਰ ਸਕਦੇ। ਇਹ ਚੀਜ਼ਾਂ ਕਰਕੇ ਨਾ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਬੰਦੇ ਦੀ ਸਾਈਕੋਲੋਜੀ ਤੇ, ਬਹੁਤ ਚੀਜ਼ਾਂ ਇੰਪੈਕਟ ਪੈਂਦੀਆਂ, ਆਪਾਂ ਸ਼ੇਅਰ ਹੀ ਨਹੀਂ ਕਰ ਰਹੇ ਇੱਕ ਦੂਸਰੇ ਨਾਲ, ਇੱਥੋਂ ਤੱਕ ਕਿ ਆਪਾਂ ਬਾਹਰਲੇ ਬੰਦੇ ਨਾਲ, ਫਰੈਂਡਸ ਨਾਲ ਕੀ ਕਰਨੇ, ਆਪਾਂ ਆਪਣੀ ਫੈਮਿਲੀ ਦੇ ਨਾਲ ਹੀ ਨਹੀਂ ਸ਼ੇਅਰ ਕਰ ਰਹੇ, ਫੋਨ 'ਚ ਲੱਗੇ ਹੋਏ ਹਾਂ, ਆਪਾਂ ਨੂੰ ਸਿਰਫ ਆਪਣਾ ਫੋਨ ਹੀ ਦਿਖ ਰਿਹਾ ਹੈ, ਆਪਾਂ ਸਿਰਫ ਕਿ ਜਿਹੜਾ ਨੈੱਟ ਆਪਾਂ
ਆਇਆ ਏ ਮਹੀਨੇ ਦਾ ਰਿਚਾਰਜ ਕਰਾਇਆ ਬਸ ਹੁਣ ਆਪਾਂ ਖਤਮ ਕਰਨਾ ਡਾਟਾ ਨਹੀਂ ਮੁੱਕਿਆ ਦਿਲ ਨੂੰ ਹੋਰ ਪੈ ਲੱਗ ਜਾਂਦਾ ਬਿਲਕੁਲ ਬਸ ਡਾਟਾ ਖਤਮ ਕਰਨਾ ਕਿਸੇ ਵੇਲੇ ਤਾਂ ਐਵੇਂ ਵੀ ਹੁੰਦਾ ਕਈ ਲੋਕ ਡੇਲੀ ਦਾ ਜੇ 2 GB ਚਲਾ ਰਹੇ ਆ ਵਾਈ ਫਾਈ ਲੱਗੇ ਅੱਜ ਕੱਲ੍ਹ ਤਾਂ ਵੈਸੇ ਸਾਰਿਆਂ ਦੇ ਘਰਾਂ 'ਚ ਜੇ 2 GB ਮੁੱਕ ਜਾਂਦਾ ਹੈ ਉਹ ਫਿਰ ਹੋਰ ਰਿਚਾਰਜ ਕਰੇਗਾ ਉਸ ਦਿਨ ਦੇ 2 GB ਹੋਰ ਲੈ ਲਾ ਹਾਂ ਬਿਲਕੁਲ ਕਰਦੇ ਜੇ ਅਕਸਰ ਤੇ ਹੁਣ ਤੇ ਵੈਸੇ ਵਾਈ ਫਾਈ ਦਾ ਰਿਵਾਜ਼ ਹੈ ਸਾਰਿਆਂ ਦੇ ਘਰਾਂ 'ਚ ਆ ਤੇ ਹੁਣ ਅਨਲਿਮਿਟਿਡ ਹੈ ਹੁਣ ਪਹਿਲਾਂ ਕੀ ਹੁੰਦਾ ਸੀ 1 GB ਬਹੁਤ ਜ਼ਿਆਦਾ ਮੰਨੀ ਜਾਂਦੀ ਸੀ ਜਦੋਂ ਕਾਲਜ ਟਾਈਮ ਦੇ ਵਿੱਚ ਹੈ ਨਾ ਜਾਂ ਉਸ ਤੋਂ ਪਹਿਲਾਂ ਵੀ ਹੁਣ ਕੀ ਲੱਗਦਾ 1 GB ਤਾਂ ਯਾਰ ਅੱਧੇ ਘੰਟੇ 'ਚ ਮੁੱਕ ਗਈ ਯਾਰ ਬਿਲਕੁਲ ਹਾਂ ਰੀਲਾਂ ਦਾ ਹੀ ਆ ਨਾ ਜਦੋਂ ਬੰਦਾ ਦੇਖਦਾ ਜਾਂਦਾ ਪਤਾ ਹੀ ਨੀ ਲੱਗਦਾ ਟਾਈਮ ਕਿੱਥੇ ਵੀ ਟਾਈਮ ਦਾ ਹੀ ਨੀ ਪਤਾ ਲੱਗਦਾ ਨੈਟ ਦਾ ਤਾਂ ਚਲੋ ਖੈਰ ਛੱਡੋ ਚਲਾ ਲਓ ਨਾ ਤੇ 2-3 ਘੰਟੇ ਬਾਅਦ ਪਤਾ ਲੱਗਦਾ ਟਾਈਮ ਵੀ ਬੀਤ ਗਿਆ ਯਾਰ ਹਾਂ ਸਹੀ ਗੱਲ ਹੈ ਤੇ ਏਦਾਂ ਵੀ ਹੈ ਨਾ ਸੋਸ਼ਲ ਮੀਡੀਆ ਕਰਕੇ ਮਤਲਬ ਕਿਹਾ ਹੀ ਜਾਂਦਾ ਯੰਗਸਟਰਸ ਦੇ ਵਿੱਚ ਡਿਪਰੈਸ਼ਨ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ ਓਵਰ ਥਿੰਕਿੰਗ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਵੀ ਫੈਕਟਰ ਹੈ ਕਿਉਂਕਿ ਇਹਦੇ ਕਰਕੇ ਬੰਦੇ ਅਲੱਗ ਹੁੰਦੇ ਜਾਂਦੇ ਆ ਅਲੱਗ ਹੋ ਰਿਹਾ ਹੈ ਜ਼ਿਆਦਾ ਸੋਚ ਰਿਹਾ ਹੈ ਕਿਸੇ ਨਾਲ ਗੱਲ ਨਹੀਂ ਕਰ ਰਿਹਾ ਖੁੱਲ੍ਹ ਕੇ ਗੱਲ ਕਰਨ ਦੀ ਸ਼ਮਤਾ ਨਹੀਂ ਹੈਗੀ ਉਹਦੇ ਵਿੱਚ ਕਿਉਂਕਿ ਹੁਣ ਸਾਰਿਆਂ ਨੂੰ ਇਹ ਲੱਗਦਾ ਹੈ ਕਿ ਜਿਵੇਂ ਪਹਿਲੇ ਆਪਾਂ ਸੋਚਦੇ ਹੁੰਦੇ ਸੀ ਕਿ ਸਾਡੇ ਫਰੈਂਡ ਹੋਣ ਆਪਾਂ 4-5 ਜਾਣੇ ਇਕੱਠੇ ਰਹਿਣੇ ਚਾਹੀਦੇ ਹੁਣ ਜੇ ਇਕੱਲੇ ਪਰਸਨ ਕੋ ਫੋਨ ਹੈ ਉਹ ਇਕੱਲਾ ਨਹੀਂ ਮਹਿਸੂਸ ਕਰ ਰਿਹਾ ਉਹ ਕਹਿੰਦਾ ਅਸੀਂ ਹੈ ਸਾਨੂੰ ਕਿਸੇ ਦੀ ਲੋੜ ਨਹੀਂ ਹਾਂ ਇਦਾਂ ਹੀ ਖੁਸ਼ ਮਹਿਸੂਸ ਕਰਦੇ ਹਾਂ ਬਿਲਕੁਲ ਕਿਉਂਕਿ ਹਾਲਾਂਕਿ ਉਸ ਤੋਂ ਕੁਛ ਨਹੀਂ ਨਿਕਲਣਾ ਬੰਦਾ ਇਕੱਲਾ ਪਾਣੇ ਉਹ ਮਹਿਸੂਸ ਹੋਊਗਾ ਪਰ ਉਹਨੂੰ ਹੁਣ ਨਹੀਂ ਲੱਗ ਰਿਹਾ ਕਿਉਂਕਿ ਕਹਿੰਦਾ ਮੇਰੇ ਕੋਲ ਫੋਨ ਹੈ ਮੈਨੂੰ ਕਿਸੇ ਦੀ ਲੋੜ ਨਹੀਂ ਐਵੇਂ ਇਹ ਗੱਲ ਤਾਂ ਹੈ ਹਾਂ ਤੇ ਓਵਰ ਥਿੰਕਿੰਗ ਦੀ ਆਪਾਂ ਗੱਲ ਕੀਤੀ ਆਲਮੋਸਟ ਹਰ ਬੰਦਾ ਜੋ ਹੈ ਓਵਰ ਥਿੰਕਿੰਗ ਕੋਈ ਅਵੋਇਡ ਨਹੀਂ ਕਰ ਸਕਦਾ ਰਾਤ ਨੂੰ ਪੈਂਦੇ ਸਾਰ ਨੀਂਦ ਕਿਉਂ ਨਹੀਂ ਜਲਦੀ ਆਉਂਦੀ ਮਨ ਦੇ ਵਿੱਚ ਥੋਟਸ ਮੁੱਕਦੇ ਨਹੀਂ ਥੋਟਸ ਬਿਲਕੁਲ ਹੀ ਨਹੀਂ ਮੁੱਕਦੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸੂੰਗੀ ਕਿ ਜਦੋਂ ਆਪਣੇ ਨਾਲ ਆਪਾਂ ਕੁਛ ਕਰਨਾ ਹੈ ਕੰਮ ਕੁਛ ਆਪਣੇ ਨਾਲ ਹੋ ਰਿਹਾ ਪਹਿਲੇ ਆਪਾਂ ਨੈਗੇਟਿਵ ਸੋਚਾਂਗੇ ਹਮੇਸ਼ਾ ਹੀ ਆਉਂਦਾ ਹਰ ਕਿਸੇ ਦੇ ਮਨ 'ਚ ਕੋਈ ਕਹਿ ਦੇਗਾ ਕਿ ਮੇਰੇ ਨਹੀਂ ਆਉਂਦਾ ਮੈਂ ਤਾਂ ਪੋਜ਼ਿਟਿਵ ਸੋਚਦਾ ਨਹੀਂ ਸਭ ਤੋਂ ਪਹਿਲਾਂ ਇਹਦਾ ਨੁਕਸਾਨ ਕੀ ਹੋਊਗਾ ਆਪਾਂ ਨੂੰ ਫਿਰ ਆਪਾਂ ਉਹਦਾ ਫਾਇਦਾ ਸੋਚਦੇ ਹਾਂ ਬਿਲਕੁਲ ਹੈ ਨਾ ਅਤੇ ਪਰ ਇਹ ਤਾਂ ਚਲੋ ਇਹ ਇੱਕ ਵੱਖਰੀ ਗੱਲ ਹੋ ਗਈ ਹੁਣ ਇਨਸਾਨ ਵੀ ਇਨਸਾਨ ਨਾਲ ਇੱਦਾਂ ਕਰਨ ਲੱਗ ਗਿਆ ਯਾਰ ਜੇ ਮੈਂ ਉਹਦੇ ਨਾਲ ਰਹੂੰਗਾ ਨਾ ਮੈਨੂੰ ਇਹਦਾ ਆਹ ਫਾਇਦਾ ਹੋਊਗਾ ਮੈਂ ਉਹਦੇ ਨਾਲ ਤਾਂ ਰਹਿਣਾ ਹੈ ਠੀਕ ਆ ਅਤੇ ਜੇ ਨਹੀਂ ਫਾਇਦਾ ਹੋ ਰਿਹਾ ਉਹ ਭਾਵੇਂ ਆਪਣਾ ਕੋਈ ਵੀ ਹੋਵੇ ਕਿੰਨਾ ਪੱਕਾ ਦੋਸਤ ਹੋਵੇ ਆਪਾਂ ਉਹਦੇ ਨਾਲ ਨਹੀਂ ਰਹਾਂਗੇ ਆਪਾਂ ਨੂੰ ਕੋਈ ਫਾਇਦਾ ਨਹੀਂ ਕਰਨਾ ਮੈਂ ਟਾਈਮ ਵੇਸਟ ਕਰਨਾ ਹੈ ਐਵੇਂ ਵੀ ਹੋਣ ਲੱਗ ਗਿਆ ਹੁਣ ਬਿਲਕੁਲ ਬਹੁਤ ਇੰਪੈਕਟ ਪੈਂਦਾ ਹੈ ਬਹੁਤ ਜ਼ਿਆਦਾ ਮਾਈਂਡ ਸ਼ਾਂਤ ਨਹੀਂ ਹੋ ਪਾਉਂਦਾ ਸਾਰੇ ਦਿਨ ਦੀਆਂ ਚੀਜ਼ਾਂ ਚੱਲਣਗੀਆਂ ਫਿਰ ਸੋਸ਼ਲ ਮੀਡੀਆ 'ਤੇ ਕੁਛ ਦੇਖ ਲਿਆ ਕਿਸੇ ਨੇ ਕੁਛ ਪੋਸਟ ਕਰਤਾ ਸਪੋਜ਼ ਕਿਸ ਦਾ ਵਿਆਹ ਹੋ ਗਿਆ ਕੋਈ ਘੁੰਮਣ 'ਚ ਲੱਗ ਗਿਆ ਯਾਰ ਮੈਂ ਵੀ ਜਾਣਾ ਹੈ ਇਹਨਾਂ ਚੀਜ਼ਾਂ ਕਰਕੇ ਹੋਰ ਮਾਈਂਡ ਨਾ ਰਿਲੈਕਸ ਨਹੀਂ ਹੋ ਪਾਉਂਦਾ ਕਦੇ ਵੀ ਨਹੀਂ ਹੋ ਪਾਉਂਦਾ ਇਹੀ ਹੈ ਫਿਰ ਆਪਾਂ ਨੂੰ ਹੁੰਦਾ ਯਾਰ ਅਸੀਂ ਕਿਉਂ ਨਹੀਂ ਗਏ ਉਹਦੀ ਕਰਮ ਬੜੇ ਚੰਗੇ ਆ ਉਹ ਵਧੀਆ ਲਾਈਫ ਹੈ ਵਧੀਆ ਜੀ ਰਿਹਾ ਹਾਲਾਂਕਿ ਉਹਨੇ ਕੀਤਾ ਕਿੰਨੀ ਮਿਹਨਤ ਕੀਤੀ ਹੋਵੇ ਉਹਦੇ ਪਿੱਛੇ ਕਿੰਨੀ ਮਿਹਨਤ ਆਪਾਂ ਹਮੇਸ਼ਾ ਇਹ ਚੀਜ਼ ਆ ਆਪਾਂ ਉਹਦੀ ਮੰਜ਼ਿਲ ਦੇਖਦੇ ਯਾਰ ਉਹਨੇ ਆ ਮੁਕਾਮ ਹਾਸਲ ਕਰ ਲਿਆ ਭਾਵੇਂ ਉਹਦੇ ਪਿੱਛੇ ਉਹਦੀ ਕਿੰਨੀ ਮਿਹਨਤ ਲੱਗੀ ਆਪਾਂ ਉਹਨੇ ਦੇਖਦੇ ਕਿਉਂਕਿ ਮਿਹਨਤ ਹਰ ਕੋਈ ਕਰਦਾ ਕੋਈ ਕਾਮਯਾਬ ਹੋ ਜਾਂਦਾ ਕਿਸੇ ਨੂੰ ਕਾਮਯਾਬੀ ਨਹੀਂ ਮਿਲਦੀ ਹੈ ਨਾ ਪਰ ਜਿਹੜਾ ਕਾਮਯਾਬ ਹੋ ਗਿਆ ਉਹਦੇ ਪਿੱਛੇ ਉਹਨੇ ਕਿੰਨੀ ਮਿਹਨਤ ਲਾਈ ਆਪਾਂ ਉਹ ਦੇਖਦੇ ਨਹੀਂ ਆ ਜੇ ਉਹ ਅਕਸਰ ਹੁਣ ਆਪਾਂ ਕਹਿ ਰਹੇ ਹਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਉਹ ਘੁੰਮ ਰਿਹਾ ਹੈ ਕਈ ਦਿਮਾਗ 'ਚ ਆ ਜਾਂਦਾ ਕਿ ਆਪਾਂ ਨਹੀਂ ਘੁੰਮ ਰਹੇ ਹੈ ਨਾ ਪਰ ਅਗਲਾ ਕੀਤਾ ਪੂਰੇ ਹਫ਼ਤੇ ਡਬਲ ਸ਼ਿਫਟ ਲਾ ਕੇ ਫਿਰ ਉਹਨੇ ਇੱਕ ਦਿਨ ਲਿਆ ਹੋਵੇ ਅਤੇ ਉਹ ਘੁੰਮਣ ਗਿਆ ਹੋਵੇ ਤੇ ਇੱਕ ਚੱਕਰ ਇੱਥੇ ਵੀ ਪੈ ਜਾਂਦਾ ਵੀ ਜ਼ਰੂਰੀ ਨਹੀਂ ਵੀ ਮਤਲਬ ਉਹਨੇ ਜੋ ਸਟੋਰੀ ਪਾਈ ਹੈ ਕਿ ਸੱਚੀ ਉਹਨੇ ਮਿਹਨਤ ਕੀਤੀ ਹੈ ਗਿਆ ਹੈ ਉਹ ਇਹ ਵੀ ਹੋ ਸਕਦਾ ਵੀ ਉਹਨੇ ਸਿਰਫ ਦਿਖਾਉਣ ਲਈ ਸਟੋਰੀ ਪਾਈ ਹੈ ਹਾਂ ਬਿਲਕੁਲ ਇਹ ਵੀ ਦੋ ਚੀਜ਼ਾਂ ਨੇ ਪਲੱਸ ਜ਼ਰੂਰੀ ਨਹੀਂ ਮਤਲਬ ਹਰ ਬੰਦਾ ਜੋ ਹੈ ਰੀਅਲ ਦੇ ਵਿੱਚ ਉਹ ਸੋਸ਼ਲ ਮੀਡੀਆ ਤੇ ਹੋਵੇ ਮੋਸਟਲੀ ਕੀ ਹੁੰਦਾ ਹੈ ਪੋਸਟ ਕੀਤੀ ਜਾਂਦੀ ਹੈ ਤਾਂ ਕਿ ਲੋਕ ਦੇਖਣ ਲਾਈਕ ਕਰਨ ਕਮੈਂਟ ਕਰਨ ਹੈ ਨਾ ਇਹ ਚੀਜ਼ਾਂ ਲਈ ਸੋਸ਼ਲ ਮੀਡੀਆ ਤੇ ਦੇਖੇ ਜਾਂਦੇ ਹੈ ਨਾ ਪਰ ਆਪਾਂ ਉਹਨਾਂ ਨੂੰ ਮਤਲਬ ਕੀ ਹੁੰਦਾ ਹੈ ਸੋਸ਼ਲ ਮੀਡੀਆ ਤੇ ਜਿਵੇਂ ਆਪਾਂ ਦੇਖ ਰਹੇ ਹਾਂ ਤਾਂ ਆਪਾਂ ਨੂੰ ਕੀ ਹੋਣਾ ਚਾਹੀਦਾ ਵੀ ਹਾਂ ਆਪਾਂ ਉਹਦੇ ਵਰਗੇ ਬਣੀਏ ਉਹਨੇ ਅਚੀਵ ਕੀਤਾ ਆਪਾਂ ਕਰੀਏ ਪਰ ਆਪਾਂ ਸਗੋਂ ਜੈਲਸੀ ਦੀ ਭਾਵਨਾ ਆ ਜਾਂਦੀ ਹੈ ਬਿਲਕੁਲ
ਜੈਲਸੀ ਹੋ ਗਈ ਆ ਕਿ ਜੇ ਉਹਨੇ ਉਹ ਉੱਥੋਂ ਤੱਕ ਪਹੁੰਚ ਗਿਆ ਏ, ਸਾਡੇ ਕੋਲ ਨਹੀਂ ਪਹੁੰਚਿਆ ਜਾ ਰਿਹਾ ਤੇ ਆਪਾਂ ਉਹਦੀਆਂ ਲੱਤਾਂ ਖਿੱਚ ਲਈਏ, ਪਿੱਛੇ ਕਰ ਲਈਏ, ਹੈ ਨਾ। ਇਹ ਨਹੀਂ ਕਿ ਉਹ ਕਿੱਦਾਂ ਪਹੁੰਚਿਆ ਏ ਆਪਾਂ ਉਹਦੇ ਵਾਂਗ ਚੱਲੀਏ, ਉਹਦੇ ਕੋਲ ਆਪਾਂ ਗਾਡੀ ਆਪਾਂ ਪੁੱਛੀਏ ਵੀ ਯਾਰ ਤੁਸੀਂ ਉੱਥੋਂ ਤੱਕ ਕਿੱਦਾਂ ਪਹੁੰਚੇ ਹੋ, ਸਾਨੂੰ ਵੀ ਦੱਸ ਦਿਓ, ਅਸੀਂ ਵੀ ਐਵੇਂ ਐਵੇਂ ਚੱਲੀਏ। ਪਰ ਨਹੀਂ, ਆਪਾਂ ਉਹ ਪੌੜੀ ਚੜ੍ਹਨਾ ਨਹੀਂ ਚਾਹੁੰਦੇ, ਆਪਾਂ ਪੌੜੀ ਦੂਜੀ ਅਪਣਾਉਂਦੇ ਹਾਂ ਕਿ ਆਪਾਂ ਉਹਦੀਆਂ ਲੱਤਾਂ ਖਿੱਚੀਏ, ਇਹ ਚੀਜ਼ਾਂ। ਪਰ ਇਹ ਉਹਦੇ ਵੀ ਮਾਇੰਡ ਨਹੀਂ ਆ, ਉਹਦਾ ਵੀ ਮਾਇੰਡ ਕੋਈ ਹੋਰ ਹੀ ਵਾਸ਼ ਕਰ ਰਿਹਾ ਹੁੰਦਾ, ਹੈ ਨਾ। ਇਹੀ ਆ, ਉਹੀ ਆ ਕਿ ਦੂਜਾ ਬੰਦਾ ਵਾਸ਼ ਕਰ ਰਿਹਾ ਹੁੰਦਾ ਦਿਮਾਗ ਕਿ ਆਪਾਂ ਉਹਦੀਆਂ ਲੱਤਾਂ ਖਿੱਚ ਲਈਏ। ਇੱਕ ਤੁਸੀਂ ਜਿਵੇਂ ਕਿਹਾ ਟ੍ਰੋਲਿੰਗ ਦਾ ਫੈਕਟਰ ਚੱਕੂਗਾ, ਟ੍ਰੋਲਿੰਗ ਹੈ ਨਾ। ਕਮੈਂਟ ਕਿਸੇ ਨੂੰ ਦੇਖ, ਕਿਸੇ ਨੇ ਮਤਲਬ ਦੇਸ਼ ਦੇ ਦੂਜੇ ਕੋਨੇ ਚੋਂ ਪੋਸਟ ਪਾਈ ਤੇ ਹੁਣ ਲੋਕਾਂ ਨੂੰ ਕੀ ਲੱਗਦਾ, ਮੈਂ ਇੱਥੇ ਬੈਠਾ, ਮੇਰੇ ਕੋਲ ਰਾਈਟ ਹੈ, ਮੈਂ ਕਮੈਂਟ ਕਰੂੰਗਾ, ਮੈਂ ਉਹਦੀ ਬੇਇੱਜ਼ਤੀ ਕਰੂੰਗਾ, ਮੈਂ ਜਿੱਦਾਂ ਕਰਨਾ ਚਾਹੂੰਗਾ ਮੈਂ ਕਰੂੰਗਾ, ਰਾਈਟ ਮੰਨਿਆ ਜਾਂਦਾ। ਠੀਕ ਹੈ, ਫਰੀਡਮ ਆਫ ਐਕਸਪ੍ਰੈਸ਼ਨ ਹੈ ਆਪਣੇ ਕੋਲ, ਲੇਕਿਨ ਉਹ ਦੇਖੋ ਨਾ ਵੀ ਤੁਹਾਡੇ ਕਮੈਂਟ ਦਾ ਬੰਦੇ ਦੇ ਦਿਮਾਗ ਤੇ ਕਿੰਨਾ ਅਸਰ ਪੈ ਰਿਹਾ। ਬਹੁਤ ਕਈ ਬੰਦੇ ਹੈਗੇ ਆ ਬਹੁਤ ਐਡੇ ਮਾੜੇ ਕਮੈਂਟ ਕਰਦੇ ਨੇ ਕਈ, ਕਿ ਬੰਦੇ ਦਾ ਨਾ ਮੂਡ ਸਾਰਾ ਖਰਾਬ ਕਰ ਦਿੰਦੇ ਨੇ, ਕਿ ਫਿਰ ਬੰਦਾ ਕਈ ਵੇਲੇ ਐਂ ਸੋਚ ਲੈਂਦਾ ਯਾਰ ਆਪਾਂ ਨੀ ਅੱਗੇ ਤੋਂ ਇਹ ਕੰਮ ਕਰਨਾ, ਹਾਲਾਂਕਿ ਉਹਨੇ ਵਧੀਆ ਕੀਤਾ ਹੋਊਗਾ, ਹੈ ਨਾ। ਪਰ ਜਿਨ੍ਹਾਂ ਨੇ ਕਮੈਂਟ ਕਰਨੇ ਉਹਨਾਂ ਨੇ ਚੰਗੀ ਚੀਜ਼ 'ਤੇ ਵੀ ਗਲਤ ਹੀ ਕਮੈਂਟ ਕਰਨੇ ਨੇ, ਜਿਨ੍ਹਾਂ ਦੇ ਦਿਮਾਗ ਉੱਦਾਂ ਦਾ ਉਹਨਾਂ ਨੇ ਉੱਦਾਂ ਹੀ ਚਲਾਉਣਾ, ਉਹਨਾਂ ਨੇ ਗਲਤ ਕਰਨੇ ਕਰਨੇ, ਭਾਵੇਂ ਜਿੰਨੀ ਮਰਜ਼ੀ ਵਧੀਆ ਚੀਜ਼ ਕਿਸੇ ਨੇ ਪਾਈ ਹੋਵੇ, ਉਹਨਾਂ ਨੇ ਕਮੈਂਟ ਉਹੀ ਕਰਨਾ, ਮਾੜਾ ਹੀ ਕਰਨਾ। ਐਵੇਂ ਨਹੀਂ ਵੀ ਨਹੀਂ, ਸੋਸ਼ਲ ਮੀਡੀਆ ਨੈਗੇਟਿਵ ਹੀ ਹੈ ਜਾਂ ਮਾੜਾ ਹੀ ਹੈ, ਬਹੁਤ ਚੰਗੀਆਂ ਚੀਜ਼ਾਂ ਨੇ। ਜਿਵੇਂ ਆਪਾਂ ਆਪਣੇ ਕੰਮ ਨੂੰ ਸ਼ੇਅਰ ਕਰਦੇ ਹਾਂ ਉੱਤੇ, ਹੈ ਨਾ, ਲੋਕਾਂ ਨਾਲ ਜੁੜ ਜਾਂਦੇ ਹਾਂ, ਜਿਹੜੇ ਲੋਕ ਆਪਾਂ ਕਾਲ ਨਹੀਂ ਕਰ ਸਕਦੇ, ਸੋਸ਼ਲ ਮੀਡੀਆ ਤੇ ਪਤਾ ਲੱਗ ਜਾਂਦਾ ਵੀ ਕੌਣ ਕੀ ਕਰ ਰਿਹਾ। ਇਹ ਚੀਜ਼ਾਂ ਵੀ ਬਹੁਤ ਚੰਗੀਆਂ ਚੀਜ਼ਾਂ ਵੀ ਬਹੁਤ ਨੇ, ਲੇਕਿਨ ਮਤਲਬ ਜਿਹੜਾ ਪਲੜਾ ਹੈ ਉਹ ਭਾਰੀ ਜਰੀਏ ਗੱਲ ਕਰ ਪਾਉਂਦੇ ਹਾਂ ਆਪਾਂ ਉਦਾਂ ਤੇ, ਜਾਂ ਹੁਣ ਮਹੀਨੇ ਬਾਅਦ ਬੰਦਾ ਜਾਂਦਾ, ਦੋ ਮਹੀਨੇ ਬਾਅਦ ਜਾਂਦਾ, ਫੇਰ ਹੀ ਮਿਲਾਪ ਹੁੰਦਾ, ਉਦਾਂ ਫੋਨ ਦੇ ਜਰੀਏ ਫੋਨ ਕਰ ਲੈਂਦੇ। ਪਰ ਉਹ ਵੀ ਆਪਣੇ ਹੱਥ 'ਚ ਹੀ ਹੈ ਕਿ ਆਪਾਂ ਉਹਨੂੰ ਕਿੰਨਾ ਯੂਜ਼ ਕਰਨਾ ਹੈ, ਕਿੰਨਾ ਆਪਾਂ ਸਹੀ ਚੀਜ਼ਾਂ ਵੇਖਣੀ ਹੈ, ਕਿੰਨੀਆਂ ਆਪਾਂ ਗਲਤ ਦੇਖਣੇ, ਉਹ ਵੀ ਆਪਣੇ ਹੱਥ 'ਚ ਹੀ ਹੈ। ਤਾਂ ਇਹ ਸੀ ਸਾਡਾ ਅੱਜ ਦਾ ਪੋਡਕਾਸਟ, ਜਿਹਦੇ ਵਿੱਚ ਅਸੀਂ ਓਵਰ ਥਿੰਕਿੰਗ, ਸੋਸ਼ਲ ਮੀਡੀਆ, ਡਰ, ਵੱਖ ਵੱਖ ਗਲਤ ਮਤਲਬ ਮੁੱਦਿਆਂ 'ਤੇ ਗੱਲ ਕੀਤੀ ਹੈ ਅਤੇ ਆਪਣੇ 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 ਵਿਚਾਰ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਕਮੈਂਟਸ ਵਿੱਚ ਜ਼ਰੂਰ ਦੱਸੋ ਵੀ ਤੁਹਾਨੂੰ ਸਾਡਾ ਪੋਡਕਾਸਟ ਕਿਵੇਂ ਦਾ ਲੱਗਾ। ਤਾਂ ਇਸ ਵੀਡੀਓ ਲਈ ਇੰਨਾ ਹੀ।